ਲਾਸਟ ਗੀਤ ਤੁਹਾਡੀ ਨਜ਼ਰ ਪੇਸ਼ ਕਰਕੇ ਉਸ ਤੋਂ ਬਾਅਦ ਤੁਹਾਡੇ ਤੋਂ ਛੁੱਟੀ ਲੈ ਜਾਣੀ ਹੈ। ਦੁੱਧ ਅਤੇ ਦਾਰੂ ਬੜਾ ਪਿਆਰਾ ਜਿਹਾ ਗੀਤ ਹੈ, ਸੁਣਾ ਕੇ ਤੁਹਾਡੇ ਤੋਂ ਛੁੱਟੀ ਲਵਾਂਗੇ। ਆਉਣ ਦਿਓ ਵੀ ਜਰਾ, ਦੁੱਧ ਅਤੇ ਦਾਰੂ ਦੋ ਗਾਣੇ ਬੜੀ ਤਰ੍ਹਾਂ ਦੇ ਦੇਖੇ ਹੋਣਗੇ, ਕੋਈ ਦਿਓਰ ਭਰਜਾਈ ਦਾ, ਕੋਈ ਜੀਜਾ ਸਾਲੀ ਦਾ, ਕੋਈ ਜੇਠ ਭਰਜਾਈ ਦਾ। ਉਹ ਭੈਣ ਨੂੰ ਪੁੱਛ ਕੇ ਆ ਕੀ ਕਹਿੰਦੀ, ਉਹਨਾਂ ਦੀ ਫਰਮਾਇਸ਼ ਹੈ, ਜਾ ਭੱਜ ਕੇ ਜਾ, ਕੋਈ ਗੱਲ ਨਹੀਂ, ਫਰਮਾਇਸ਼ਾਂ ਤੁਹਾਡੇ ਲਈ, ਕਿਉਂਕਿ ਇੱਕ ਅੱਧਾ ਗਾਣਾ ਸੁਣਨਾ ਹੁੰਦਾ, ਭੈਣਾਂ ਸਾਡੀਆਂ ਸੰਗ ਦੀਆਂ ਫਰਮਾਇਸ਼ ਨਹੀਂ ਕਰਦੀਆਂ, ਸੱਚੀ ਗੱਲ ਹੈ। ਸੁਨੇਹਾ ਭੇਜ ਦਿਆ ਕਰੋ ਕਿਸੇ ਬੱਚੇ ਦੇ ਹੱਥ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਲਈ ਆਏ ਹਾਂ। ਪਰ ਅੱਜ ਥੋੜ੍ਹਾ ਜਿਹਾ ਸਾਊਂਡ ਨੇ, ਮੈਂ ਕਲੀਅਰ ਕਹਿ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ, ਡਿਸਟਰਬ ਕੀਤਾ ਪਤਾ ਤੁਹਾਨੂੰ ਵੀ ਆ, ਉਹਦੇ ਲਈ ਮੈਂ ਮਾਫ਼ੀ ਵੀ ਚਾਹੁੰਦਾ। ਮਾਈਕ 'ਚ ਵਾਹ ਜੀ ਵਾਹ, ਇੱਕ ਫਰਮਾਇਸ਼ ਤਾਂ ਆ ਗਈ ਇੱਧਰੋਂ, ਆਜਾ ਆਜਾ ਭੱਜ ਕੇ ਆ ਕਮਲਿਆ, ਉਦੋਂ ਤਾਂ ਰੇਲ ਲੰਘ ਜਾਣੀ ਹੈ। ਲਾਜ਼ਮੀ, ਕਿਉਂ ਨਹੀਂ, ਮਾਂ ਬਿਨਾਂ ਕਾਹਦੇ ਜੋਗੇ ਹਾਂ ਆਪਾਂ। ਇੱਕ ਸ਼ਬਦ ਹੀ ਐਸਾ ਹੈ, ਵੱਜੇ ਠੇਡਾ ਕਦੇ ਕਿਹਾ ਹਾਏ ਬਾਪੂ, ਨਾ ਕੋਈ ਨਹੀਂ ਕਹਿੰਦਾ ਹਾਏ ਮਾਂ, ਹਾਏ ਮਾਂ ਹੀ ਨਿਕਲਦਾ। ਉਹ ਵੀ ਸੁਣਾਵਾਂਗੇ ਤੁਹਾਡੀ ਨਜ਼ਰ, ਲਪੇਸ਼ ਕਰਨ ਲੱਗੇ ਹਾਂ ਘੁੰਮਣ ਸਾਹਿਬ ਹੋਰਾਂ ਦੀ ਫਰਮਾਇਸ਼, ਅੱਛੇ ਦਿਨ ਆਉਣੇ ਵਾਲੇ ਹੈ। ਬੜੀ ਦੇਰ ਬਾਅਦ ਅੱਜ ਗੀਤ ਗਾਉਣ ਲੱਗੇ ਹਾਂ, ਭੰਗੜਾ ਗਰੁੱਪ ਵਾਲੇ ਸਾਡੇ ਪਿੱਛੇ ਚਾਦਰੇ ਤੁਰਲੇ ਲਾ ਕੇ ਤਿਆਰ ਬਰ ਤਿਆਰ ਬੈਠੇ ਆ ਤੁਹਾਡਾ ਮਨੋਰੰਜਨ ਕਰਨ ਲਈ, ਕਿਤੇ ਉੱਠ ਨਾ ਜਾਇਓ। ਬੜਾ ਸੋਹਣਾ ਗਰੁੱਪ ਹੈ, ਬੜਾ ਵਧੀਆ ਗਰੁੱਪ ਹੈ, ਉਹਨਾਂ ਨੇ ਇੰਜੋਏ ਕਰਾਉਣਾ ਤੁਹਾਡਾ। ਮੇਰੀ ਹੱਥ ਜੋੜ ਕੇ ਬੇਨਤੀ, ਬੈਠੇ ਰਹੋ ਇਸ ਤਰ੍ਹਾਂ ਹੀ, ਧੰਨਵਾਦ। ਗਰੁੱਪ ਦਾ ਨਾਂ ਜਦੋਂ ਮੇਰੇ ਕੋਲ ਆਇਆ, ਮੈਂ ਗਰੁੱਪ ਦਾ ਨਾਮ ਹੀ ਬੋਲ ਦੂੰਗਾ। ਕੋਈ ਮੈਨੂੰ ਇੱਕ ਆਹ ਵੀਰ ਸਾਡਾ, ਆ ਜਾ ਯਾਰ ਨੇੜੇ, ਕਾਹਨੂੰ ਐਂ ਕਰਦਾ, ਆ ਜਾ ਹੈਲੋ ਤਾਂ ਕਰ ਲਾ ਮੇਰੇ ਨਾਲ। ਇਹ ਭਰਾ ਸਾਡੇ ਨੂੰ ਤਕਰੀਬਨ 12-13 ਸਾਲ ਹੋ ਗਏ, ਸਾਡਾ ਅਖਾੜਾ ਕਿਤੇ ਵੀ ਹੋਵੇ, ਕਿਤੇ ਵੀ ਤਾਂ ਨਹੀਂ ਕਹਿ ਸਕਦਾ, ਦੁਆਬੇ 'ਚ ਤਾਂ ਛੱਡਦਾ ਨਹੀਂ, ਅਤੇ ਆਇਆ ਕਿੰਨੀ ਦੂਰੋਂ, ਮਾਝੇ 'ਚ ਇਹਨੇ ਛੱਡਣਾ ਕਿ ਮਾਝੇ 'ਚੋਂ ਆਇਆ, ਹਿਸਾਬ ਲਾ ਲਓ। ਮੇਰਾ ਤਾਂ ਸਲਿਊਟ ਆ ਮੇਰੇ ਇਸ ਭਰਾ ਨੂੰ, ਇਹ ਲੱਕੜ ਦਾ ਕੰਮ ਕਰਦਾ ਮਿਸਤਰੀ ਭਰਾ ਸਾਡਾ, ਸਾਡਾ ਅਖਾੜਾ ਨਹੀਂ ਇਹਨੇ ਅੱਜ ਤੱਕ ਛੱਡਿਆ ਕੋਈ, ਬਿਆਸ ਤੋਂ ਆਇਆ ਮੈਨੂੰ ਨਹੀਂ ਪਤਾ, ਮੋਟਰਸਾਈਕਲ 'ਤੇ ਆਇਆ ਮੈਨੂੰ ਨਹੀਂ ਪਤਾ, ਇਹ ਗੱਡੀ 'ਤੇ ਆਇਆ ਮੈਨੂੰ ਨਹੀਂ ਪਤਾ, ਬੱਸ 'ਤੇ ਆਇਆ। ਇਹਨੂੰ ਕਿਵੇਂ ਸਲਿਊਟ ਕਰਾਂ ਮੈਂ ਇਸ ਸ਼ਖਸ ਨੂੰ, ਆ ਜਾ ਯਾਰ ਸਟੇਜ 'ਤੇ ਆ ਜਾ, ਅੱਜ ਮੇਰਾ ਭਰਾ ਬਣ ਕੇ ਆ ਜਾ ਇੱਧਰ ਦੀ ਆ ਜਾ। ਅੱਜ ਮੇਰਾ ਇਹਦੇ ਪ੍ਰਤੀ ਥੋੜ੍ਹਾ ਜਿਹਾ ਹਿਰਦਾ ਬਲੂੰਦਰ ਹੈਗਾ, ਐਵੇਂ ਬੜਾ ਔਖਾ ਹੈ, ਬੜਾ ਔਖਾ ਹਰ ਜਗ੍ਹਾ 'ਤੇ ਪਹੁੰਚਣਾ। ਬਾ ਕਮਾਲ, ਲਓ ਪੇਸ਼ ਕਰਨ ਲੱਗੇ ਹਾਂ, ਉਦੋਂ ਨੂੰ ਆਜੂਗਾ, ਅੱਛੇ ਦਿਨ ਆਉਣੇ ਵਾਲੇ ਹੈ, ਸੁਣ ਲਿਓ ਗੌਰ ਨਾਲ। ਉਦੋਂ ਬਾਅਦ ਫਿਰ ਮਾਵਾਂ ਦਾ ਗੀਤ ਇੱਕ ਸੁਣਾ ਕੇ ਤੁਹਾਡੇ 'ਤੇ ਛੁੱਟੀ ਲਵਾਂਗੇ। ਕਿਉਂ ਮਾਂ ਤਾਂ ਬਸ ਕੋਈ ਮੈਨੂੰ ਪੁੱਛੇ ਕੀ ਹੁੰਦੀ ਹੈ, ਹਰ ਇੱਕ ਨੂੰ ਹੀ ਪਤਾ ਵੈਸੇ, ਪਰ ਜਿਹਨੂੰ ਜਿਹੜਾ ਲਿਖਣਾ ਗਾਉਣਾ ਥੋੜ੍ਹਾ ਜਿਹਾ ਹੋਰ ਤਰ੍ਹਾਂ ਹੁੰਦਾ, ਆਪਣੇ ਆਪ ਨੂੰ ਮਾਰ ਕੇ ਉਸ ਸਥਿਤੀ ਦੇ ਵਿੱਚ ਢਾਲਣਾ ਪੈਂਦਾ, ਫਿਰ ਬੰਦਾ ਲਿਖਦਾ, ਫਿਰ ਕਿਤੇ ਗਾਉਂਦਾ। ਤਾਂ ਪੇਸ਼ ਕਰਾਂਗੇ ਅੱਛੇ ਦਿਨ ਆਉਣੇ ਵਾਲੇ ਹਨ। ਲਓ ਮੈਂ ਦੱਸਣ ਲੱਗਿਆ ਵੀ ਹਾੜੀ ਤੁਸੀਂ ਵੇਚ ਲਈ,
ਤੇ ਝੋਨਾ ਤੁਸੀਂ ਲਾਈ ਜਾਂਦੇ ਆ, ਗੀਤ ਆ ਗੱਲਾਂ ਵਾਲਾ, ਕਾਲੇ ਨਾ ਪੈ ਜਿਓ ਹੁਣ, ਭੈਣਾਂ ਤਾਂ ਕਾਲੀਆਂ ਪਈਆਂ ਹੀ ਪਈਆਂ ਨੇ ਹੁਣ, ਆ ਜਿੰਨੀਆਂ ਕੁ ਬੈਠੀਆਂ ਇਹਨਾਂ 'ਚੋਂ ਇੱਕ ਇੱਕ ਜਣੀ ਘਰ ਹੈਗੀ ਤਾਂ ਬੈਠੀਆਂ ਨੇ ਤਾਂ ਉਹਨੂੰ ਤੁਰ ਜਾਂਦੀਆਂ, ਸੱਚੀ ਗੱਲ ਕਿ ਭਰਾਵੋ ਜੱਟ ਗਿਆ ਫਸਲ ਵੇਚਣ ਅਤੇ ਘਰ ਵਾਲੀ ਆਉਂਦਿਆਂ ਨੂੰ ਸੁਰਖੀ ਬਿੰਦੀ ਲਾ ਕੇ ਤਿਆਰ ਬਰ ਤਿਆਰ ਹੋ ਕੇ ਪਾ ਕੇ ਫੁੱਲਾਂ ਵਾਲਾ ਸੂਟ ਤਿਆਰ ਹੋਈ ਬੈਠੀ ਹੈ, ਕਿਉਂ ਕਿ ਪਹਿਲੇ ਸਮਿਆਂ ਦੇ ਵਿੱਚ ਜਦੋਂ ਬੱਚੇ ਹੁੰਦੇ ਸੀ ਨਾ ਉਦੋਂ ਸੱਚੀ ਬੱਚੇ ਹੁੰਦੇ ਸੀ, ਹੁਣ ਬੱਚੇ ਨਹੀਂ ਹੁੰਦੇ, ਕਿਉਂ ਹੁਣ ਤਾਂ ਕੰਪਿਊਟਰ ਹੀ ਜੰਮਦੇ ਨੇ ਕੰਪਿਊਟਰ। ਹਰ ਗੱਲ ਦਾ ਜਵਾਬ ਦਊਂਗਾ ਕਿ ਇਹ ਜਦੋਂ ਵਿਆਹੀਆਂ ਆਉਂਦੀਆਂ ਇੱਕ ਫੋਨ, ਐਡਾ ਫੋਨ ਹੁੰਦਾ ਇਹਨਾਂ ਦੇ ਕੋਲ ਸਾਰਾ ਦਿਨ, ਫੇਸਬੁੱਕ, ਔਰਕੁੱਟ, ਵਟਸਐਪ, ਪਤਾ ਨਹੀਂ ਕਿਹੜਾ ਕਿਹੜਾ ਸੱਪ ਚੱਲੀ ਜਾਂਦਾ। ਅਤੇ ਜਦੋਂ ਇਹਨਾਂ ਨੇ ਸਾਲ ਭਰ ਜਪਜੀ ਸਾਹਿਬ ਪੜ੍ਹਨਾ ਹੀ ਨਹੀਂ, ਵਟਸਐਪ ਫੇਸਬੁੱਕ ਹੀ ਚਲਾਉਣੇ, ਤਾਂ ਜਵਾਕ ਵੀ ਤਾਂ ਫਿਰ ਕੰਪਿਊਟਰ ਹੀ ਹੋਣਗੇ ਨਾ ਕੰਪਿਊਟਰ। ਹੁਣ ਜਵਾਕ ਮਾਂ ਨੂੰ ਤੰਗ ਕਰਦਾ ਅਤੇ ਮਾਂ ਕਹਿੰਦੀ ਪੁੱਤ ਤਗੜੇ ਹੋ ਕੇ ਪੜ੍ਹ ਲਓ, ਆਪਾਂ ਛੁੱਟੀਆਂ 'ਚ ਮਨਸੂਰੀ ਚੱਲਾਂਗੇ, ਆਪਾਂ ਛੁੱਟੀਆਂ 'ਚ ਸ਼ਿਮਲੇ ਚੱਲਾਂਗੇ। ਹੁਣ ਮਾਂ ਦੀ ਗੱਲ ਸੁਣ ਕੇ ਬੱਚਾ ਕੰਪਿਊਟਰ ਵਰਗਾ ਅੱਗੋਂ ਟਰ ਟਰ ਬੋਲਦਾ ਕਿਵੇਂ, ਉਹ ਰਹਿਣਦੇ ਮੰਮੀ ਭਾਪੇ ਤੋਂ 50 ਰੁਪਈਏ ਮੰਗ ਲਈਏ, 76 ਲਾ ਲੈਂਦਾ ਮਨਸੂਰੀ ਲੈ ਜੂਗਾ ਗੱਲਾਂ ਮਾਰਦੀ। ਕਹਿੰਦੇ ਪੁੱਤ ਜੇ ਮਨਸੂਰੀ ਨਾ ਗਏ ਆਪਾਂ ਤੇਰੀ ਮਾਸੀ ਕੋ ਚੱਲਾਂਗੇ, ਆਪਾਂ ਤੇਰੀ ਭੂਆ ਕੋ ਚੱਲਾਂਗੇ, ਆਪਾਂ ਤੇਰੇ ਨਾਨਕੇ ਚੱਲਾਂਗੇ। ਹੁਣ ਜੱਟ ਗਿਆ ਫਸਲ ਵੇਚਣ, ਛੁੱਟੀਆਂ ਹੋਈਆਂ ਹੋਈਆਂ ਨੇ, ਮੁੰਡਾ ਲੰਘ ਗਿਆ ਤੰਗ ਕਰਨ, ਮਾਂ ਨਾਨਕੇ ਕਦੋਂ ਜਾਣਾ? ਕਹਿੰਦੀ ਪੁੱਤ ਭਾਪਾ ਤੇਰਾ ਗਿਆ ਕਣਕ ਸੁੱਟਣ ਮੰਡੀ 'ਚ, ਅਤੇ ਘਬਰਾ ਨਾ, ਨਾਲੇ ਤਾਂ ਆਪਣੇ ਲਈ ਲੂਣ ਵਾਲੀਆਂ ਜਲੇਬੀਆਂ ਲਿਆਊ ਅਤੇ ਨਾਲੇ ਆਪ ਵੀ ਅੱਜ ਨਮਕੀਨ ਜਿਹਾ ਹੋ ਕੇ ਆਊ, ਕਿਉਂ ਨਾ ਕਹਿੰਦੀ ਆਉਂਦੇ ਨੂੰ ਇਹ ਕਹਿਣਾ ਵੀ ਕੱਢ 2-2 ਹਜ਼ਾਰ ਦੇ 5-4 ਨੋਟ, ਮੈਂ 10 ਕੁ ਦਿਨ ਪੇਕੇ ਲਾ ਕੇ ਆਉਣੇ ਨੇ। ਹੁਣ ਉੱਧਰ ਜੱਟ ਫਸਲ ਵੇਚ ਕੇ ਆੜਤੀ ਨੂੰ ਕਹਿੰਦਾ ਝੋਨਾ ਲਾਉਣਾ ਤੇਲ ਜੋਗੇ ਪਰਚੀ ਦੇ ਦੇ। ਆੜਤੀ ਕਹਿੰਦਾ ਕੋਈ ਪੈਸਾ ਨਹੀਂ, ਪਹਿਲਾਂ ਹਿਸਾਬ ਕਰ ਪਹਿਲਾਂ, ਫਿਰ ਪੈਸੇ ਮਿਲਣਗੇ। ਦੁਖੀ ਹੋਇਆ ਜੱਟ, ਖੱਲ ਮਖਾਲੀ ਟਰਾਲੀ ਦੇ ਵਿੱਚ ਢੋਲ ਖੜਖੜ ਕਰਦੇ ਆਉਂਦੇ ਨੇ, ਆਹ ਤੁਹਾਡੇ ਆਹ ਪਿੰਡ ਦੇ ਵਿੱਚ ਦੀ ਆਇਆ ਮੈਂ, ਇੱਧਰ ਨੂੰ ਸੜਕ ਬੜੀ ਸਾਫ਼ ਹੈ ਤੁਹਾਨੂੰ ਪਤਾ, 13-14 ਕਿਲੋਮੀਟਰ, ਪੁੱਛੋ ਹੀ ਕੁਛ ਨਾ, ਇੱਕ ਪੈਰ ਵਾਲੀ ਰੇਸ ਦੱਬੀ ਹੋਈ ਹੈ, ਖੱਬੇ ਹੱਥ ਨਾਲ ਸਟੇਰਿੰਗ ਫੜਿਆ, ਸੱਜੇ ਨਾਲ ਘੁੱਟ ਕੇ ਵੱਖੀ ਫੜੀ ਬੈਠਾ, ਸਵੇਰ ਦਾ ਭੁੱਖਣ ਪਾਣਾ ਦੜਬੜ 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 ਕਰਦਾ, ਟਰੈਕਟਰ ਘਰ ਵਾੜ ਦਿੰਦਾ, ਘਰ ਆਉਂਦਿਆਂ ਨੂੰ ਘਰ ਵਾਲੀ ਤਿਆਰ ਬਰ ਤਿਆਰ ਹੋਈ ਬੈਠੀ ਹੈ, ਤਿਆਰ ਬਰ ਤਿਆਰ ਹੋਈ ਘਰ ਵਾਲੀ ਦਾ ਉੱਤਰ ਕੇ ਕਹਿੰਦਾ ਛੇਤੀ ਲਿਆ ਰੋਟੀਆਂ। ਕਹਿੰਦੀ ਕਿਹੜੀਆਂ ਰੋਟੀਆਂ? ਪਹਿਲਾਂ 2-2 ਹਜ਼ਾਰ ਦੇ ਨੋਟ ਕੱਢੋ, ਮੈਂ ਪੇਕੀ ਜਾ ਕੇ ਆਉਣਾ। ਕਹਿੰਦਾ ਪੇਕਿਆਂ ਦੀ ਗੱਲ ਛੱਡ ਕਮਲੀਏ, ਮੈਂ ਤੈਨੂੰ ਦੱਸੂੰਗਾ ਵੀ ਇੱਕ ਬਹੁਤ ਵਧੀਆ ਸਕੀਮ। ਕਹਿੰਦਾ ਸਕੀਮ ਕੀ ਹੈ? ਕਹਿੰਦੀ ਸਕੀਮ ਅੱਛੇ ਦਿਨ ਆਉਣ ਵਾਲੇ ਹੈ। ਕਹਿੰਦੀ ਜਾਣਦੀ ਹਾਂ ਤੇਰੇ ਅੱਛੇ ਦਿਨ, ਅੱਛੇ ਦਿਨਾਂ ਦੇ ਲਾਰੇ ਬਹੁਤ ਹੋ ਗਏ, ਜਿਹਨੇ ਅੱਛੇ ਦਿਨ ਲਿਆਉਣੇ ਸੀ ਉਹਦੇ ਤਾਂ ਆ ਗਏ, ਬਾਕੀਆਂ ਨੂੰ ਦੱਸਣ ਲੱਗਿਆਂ ਤੁਹਾਡੇ ਕਿਵੇਂ ਆਉਣਗੇ? ਸੁਣ ਕੇ ਜ਼ਰਾ ਗੌਰ ਨਾਲ, ਘਰ ਵਾਲੀ ਕੀ ਕਹਿੰਦੀ ਹੈ ਤੇ ਘਰ ਵਾਲਾ ਕੀ ਕਹਿੰਦਾ। ਕੱਪੜਾ ਬਹੁਤ ਹੋ ਗਿਆ ਮਹਿੰਗਾ, ਸਾਰਾ ਹੋ
ਗਿਆ ਮਹਿੰਗਾ ਮੇਰੀ ਗੱਲ ਸੁਣ ਲੈ ਸਰਦਾਰਾ ਲਾਇਆ ਮੈਂ ਬੱਚਿਆਂ ਨੂੰ ਲਾਰਾ ਗੱਲ ਸੁਣ ਲੈ ਸਰਦਾਰਾ ਲਾਇਆ ਮੈਂ ਬੱਚਿਆਂ ਨੂੰ ਲਾਰਾ ਛੁੱਟੀਆਂ ਦੇ ਵਿੱਚ ਪਾਪਾ ਤੁਹਾਡੇ ਖੂਬ ਕਮਾਉਣਗੇ ਛੁੱਟੀਆਂ ਦੇ ਵਿੱਚ ਪਾਪਾ ਤੁਹਾਡੇ ਖੂਬ ਕਮਾਉਣਗੇ ਆ ਜਿਹੜੇ ਪਾਪੇ ਬੈਠੇ ਨੇ ਇਹਨਾਂ ਨੂੰ ਪੁੱਛ ਕੀ ਭਾਅ ਵਿਕਦੀ ਹੈ ਫਸਲ ਹੋਰ ਕੀ ਛੁੱਟੀਆਂ ਦੇ ਵਿੱਚ ਪਾਪਾ ਤੁਹਾਡੇ ਖੂਬ ਕਮਾਉਣ ਭਰਾਵੋ ਇੱਕ ਗੱਲ ਨੋਟ ਕਰ ਲਿਓ ਭਾਗਾਂ ਵਾਲਿਓ ਦੁਆਬੇ ਵਾਲਿਓ ਸਾਰਿਆਂ ਤੋਂ ਪਹਿਲਾਂ ਬਾਹਰ ਚਲੇ ਗਏ ਵਰਲਡ ਸਾਰਾ ਮੱਲਿਆ ਤੁਸੀਂ ਦੁਆਬੇ ਵਾਲਿਓ ਸੱਚੀ ਗੱਲ ਹੈ ਸਾਰਾ ਵਰਲਡ ਮੈਨੂੰ ਜਿੰਨੀਆਂ ਪਰਚੀਆਂ ਆਈਆਂ ਕੋਈ ਨਹੀਂ ਆਈ ਵੀ ਖਾਦ ਸਟੋਰ ਤੋਂ ਆਈ ਹੋਵੇ ਸਾਰੀਆਂ USA ਕੈਨੇਡਾ ਦੀਆਂ ਆਈਆਂ ਸੱਚੀ ਗੱਲ ਹੈ ਵੱਸਦੇ ਰਹਿਣ ਨਹੀਂ ਤਾਂ ਸਾਡੇ ਮਾਲਵੇ ਦੇ ਵਿੱਚ ਬਸ ਨਰਮੇ ਵਾਲੀ ਸਪਰੇਅ ਨੂੰ ਹੀ ਚੈੱਕ ਕਰੀ ਜਾਂਦੇ ਪਿਓ ਪੁੱਤ ਕਰਜ਼ੇ ਦੇ ਡਰੇ ਸੱਚੀ ਗੱਲ ਹੈ ਅਖਬਾਰਾਂ 'ਚ ਲਿਸਟਾਂ ਪੜ੍ਹਦੇ ਹੀ ਹੋ ਐਵਰੇਜ ਬੜੀ ਪੈਂਦੀ ਆ ਉਹ ਭਰਾਵੋ ਬੜੇ ਖੁਸ਼ ਹੋ ਇੱਕ ਗੱਲ ਮੇਰੀ ਪੱਲੇ ਬੰਨ ਲਓ ਕਰਜ਼ਾ ਚੰਨ ਸੂਰਜ ਨੇ ਵੀ ਦੇਣਾ ਜਿੰਨਾ ਮਰਜ਼ੀ ਚੜ੍ਹ ਜੇ ਕਦੇ ਮਰਨ ਮਰਾਉਣ ਦੀ ਨਹੀਂ ਸੋਚਣੀ ਸੂਸਾਈਡ ਨਹੀਂ ਕਰਨੀ ਆਤਮ ਹੱਤਿਆ ਨਹੀਂ ਕਰਨੀ ਆੜਤੀ ਨੂੰ ਦੇਣਾ ਪਿਆਰ ਨਾਲ ਕਹਿ ਦਿਓ ਦੇ ਦਾਂਗੇ ਜਦੋਂ ਫਸਲ ਚੱਜ ਦੀਆਂ ਚਾਰ ਲਾਗੀਆਂ ਨਿਬੜ ਜਾਣਗੇ ਨਹੀਂ ਮੰਨਦਾ ਸੱਤ ਪੋਰੀਆਂ ਦੀ ਡਾਂਗ ਨੂੰ ਤੇਲ ਲਾ ਕੇ ਰੱਖਿਆ ਕਰੋ ਘਰ ਬੈਂਕ ਵਾਲੇ ਤੰਗ ਕਰਨ ਉਹਨਾਂ ਨੂੰ ਕਹਿ ਦਿਓ ਆਓ ਪਈ ਅਦਾਲਤ ਕੇਸ ਕਰ ਲਓ 20 ਸਾਲ ਲੰਘ ਜਾਂਦੇ ਕੁਛ ਨਹੀਂ ਹੁੰਦਾ ਮਰਨਾ ਮੁਰਨਾ ਨਹੀਂ ਪਰ ਇੱਕ ਤਰੀਕਾ ਦੱਸਣ ਲੱਗਿਆ ਤੁਹਾਨੂੰ ਨੋਟ ਕਰਿਓ ਇੱਕ ਇੱਕ ਗੱਲ ਬੰਦੇ ਖਾਸ ਕਰਕੇ ਕਿਹੜਾ ਕਿ ਖਰਚੇ ਘਟਾਓ ਜਦੋਂ ਕਰਜ਼ਾਈ ਹੋ ਜਾਓ ਖਰਚੇ ਵਾਲੀ ਮਸ਼ੀਨ 'ਤੇ ਕੰਟਰੋਲ ਕਰੋ ਬੀਬੀਆਂ ਹੱਸਦੀਆਂ ਉਹ ਭਾਈ ਖਰਚੇ ਵਾਲੀ ਮਸ਼ੀਨ ਇਹੀ ਹੈ ਬੰਦਾ ਇੱਕੋ ਹੀ ਕੁੜਤੇ ਪਜਾਮੇ ਨਾਲ 2-3 ਸਾਲ ਕੱਢ ਦਿੰਦਾ ਅਤੇ ਇਹ ਆ ਬੇਬੇ ਕਈ ਬੈਠੀਆਂ ਵਿੱਚ ਮੇਰੀਆਂ ਭੈਣਾਂ ਬੈਠੀਆਂ ਇਹ ਸਵੇਰੇ ਗੁਰਦੁਆਰੇ ਜਾਣਗੀਆਂ ਸਕੀਮਾਂ ਸੁਣਿਓ ਇਹਨਾਂ ਦੀਆਂ ਗੁਰਦੁਆਰੇ ਜਾਣਗੀਆਂ ਅਤੇ ਮੁੜਦੀਆਂ ਪ੍ਰਸ਼ਾਦ ਹੱਥਾਂ 'ਚ ਹੁੰਦਾ ਕੌਲੀ ਵਾਲੇ ਆਟੇ ਵਾਲੇ 'ਚ ਹੱਥਾਂ 'ਚ ਬਾਹਰ ਗੁਰਦੁਆਰੇ ਦੇ ਮੋੜ 'ਤੇ ਇਕੱਠੀਆਂ ਹੋ ਜਾਣਗੀਆਂ ਤੁਹਾਡੇ ਵੱਲੋਂ ਜਿਹੜਾ ਬੁੱਢਾ ਬਿਮਾਰ ਸੀ ਠੀਕ ਆ ਭਲਾ ਪਿੱਪਲ ਵਾਲਿਆਂ ਦਾ ਉਹਦੀ ਸਾਡੇ ਵਾਲਾ ਤਾਂ ਠੀਕ ਹੈ ਕਹਿੰਦੀ ਸਾਡੇ ਲਾਗੇ ਤਾਂ ਉਹ ਕੈਨੇਡੇ ਵਾਲਿਆਂ ਦਾ ਬੁੱਢਾ ਬਸ ਇੱਕ ਅੱਧੇ ਦਿਨ ਦਾ ਹੀ ਆ ਮੈਨੂੰ ਲੱਗਦਾ PGI ਲੈ ਗਏ ਨੇ ਜਦੋਂ ਉਹ ਕਹਿੰਦੀ ਵੀ PGI ਲੈ ਗਏ ਨੇ ਅਤੇ ਦੂਜੀ ਪਤਾ ਕਹਿੰਦੀ ਹਾਂ ਹਾਏ ਮੈਂ ਤਾਂ ਜਾ ਕੇ ਅੱਜ ਹੀ ਇੰਤਜ਼ਾਮ ਕਰਦੀ ਹਾਂ ਮੇਰੇ ਕੋਲ ਤਾਂ ਫਿੱਕਾ ਜਿਹਾ ਸੂਟ ਵੀ ਹੈ ਨਹੀਂ ਕੋਈ ਅਗਲੇ ਦਾ ਬੁੱਢਾ ਮਰ ਜਾਣਾ ਇਹ ਫਿੱਕਾ ਜਿਹਾ ਸੂਟ ਸਾਰਾ ਖਰਚੇ ਦਾ ਘਰ ਇਸ ਕਰਕੇ ਕਹਿੰਦਾ ਇਹ ਨੇ ਇਹਨਾਂ 'ਤੇ ਕੰਟਰੋਲ ਕਰੋ ਇਹਨਾਂ 'ਤੇ ਕੰਟਰੋਲ ਵੀ ਕਰੋ ਭਰਾਵੋ ਇਹਨਾਂ ਨੂੰ ਖੁਸ਼ ਵੀ ਰੱਖਿਆ ਕਰੋ ਜਿਹਨੇ ਘਰ ਵਾਲੀ ਖੁਸ਼ ਕਰ ਲਈ ਸਮਝ ਲਓ ਸਾਰੀ ਦੁਨੀਆ ਖੁਸ਼ ਕਰ ਲਈ ਘਰ ਵਾਲੀ ਖੁਸ਼ ਕਿਵੇਂ ਕਰਨੀ ਹੈ ਉਹ ਵੀ ਤਰੀਕਾ ਦੱਸੂੰਗਾ ਸੁਣਿਓ ਗੌਰ ਨਾਲ ਘਰ ਵਾਲੀ ਖੁਸ਼ ਕਰਨ ਦਾ ਤਰੀਕਾ ਬੜਾ ਸੌਖਾ ਹੈ ਵੀ ਮਿੱਤਰੋ ਇਹਨਾਂ ਨੂੰ ਦਿਨੇ ਨਾ ਬੁਲਾਵੇ ਕਦੇ ਵੀ ਨਾ ਦਿਨੇ ਨਹੀਂ ਬੁਲਾਉਣੀਆਂ ਮੌਜ ਕਰਨ ਦਿਓ ਜਦੋਂ ਛਿਪ ਜੇ ਦਿਨ ਮਨੇ ਰਾਜਾ ਜਾਵੇ ਹੋ ਫੜੋ ਬਾਂਹ ਤੋਂ ਫੜ ਕੇ ਸਿੱਧੀ ਬਰਾਂਡੇ 'ਚ ਅਗਲੇ ਕਮਰੇ ਅਗਲੇ ਤੋਂ ਅਗਲੇ ਪੇਟੀਆਂ ਵਾਲੇ ਅੰਦਰ ਲੈ ਜਾਓ ਹਾਂ ਮੂੰਹ ਨੇਰੇ ਦਿਨੇ ਨਹੀਂ ਸੂਰਜ ਡੁੱਬੇ ਤੋਂ ਬਾਅਦ ਪੇਟੀਆਂ ਵਾਲੇ ਅੰਦਰ ਲੈ ਜਾਓ ਦੇਖਾਂ ਸੋਚਾਂ ਕਿੱਧਰ ਨੂੰ ਸੋਚੀ ਜਾਂਦੇ ਆ
ਓਏ ਦੁਨੀਆ ਦਾ ਕਰਜ਼ਾ ਵੀ ਦੇਣਾ, ਓਏ ਔਰਤੀਆਂ ਦੀਆਂ ਮਿਹਨਤਾਂ ਵੀ ਕਰਨੀਆਂ, ਅਗਲੇ ਅੰਦਰ ਲਿਜਾ ਕੇ ਇਹਨਾਂ ਦੀ ਮਿਹਨਤ ਕਰ ਲਓ, ਕਹਿਣਾ ਪਤਾ ਕੀ ਆ। ਦੜਵੱਟ ਜਮਾਨਾ ਘੱਟ ਭਲੇ ਦਿਨ ਛੇਤੀ ਆਉਣਗੇ, ਦੜਵੱਟ ਜਮਾਨਾ ਘੱਟ ਅੱਛੇ ਦਿਨ ਛੇਤੀ ਆਉਣੇ ਵਾਲੇ ਹੈ। ਮਹਿੰਗਾਈ ਮੇਰੀ ਕਦੇ ਨਾ ਰੀਝ ਭੁਗਾਈ, ਤੋਬਾ ਤੋਬਾ ਏ ਮਹਿੰਗਾਈ, ਇਸ ਮਹਿੰਗਾਈ ਦਾ ਬਾਪੂ ਮਰ ਜੇ, ਹੋ ਗਏ ਦੂਣੇ ਚੌਣੇ ਕਰਜੇ, ਇਸ ਮਹਿੰਗਾਈ ਦਾ ਬਾਪੂ ਮਰ ਜੇ, ਹੋ ਗਏ ਦੂਣੇ ਚੌਣੇ ਕਰਜੇ, ਜਾਂ ਮੈਂ ਮਰ ਜੂਗੀ ਕੁਝ ਖਾ ਕੇ ਜਾਂ ਫਿਰ ਬਹਿ ਜੂ ਮੈਂ ਕੀ ਜਾਵੇਂ, ਮਰ ਜੂਗੀ ਕੁਝ ਖਾ ਕੇ ਜਾਂ ਫਿਰ ਬਹਿ ਜੂ ਮੈਂ ਕੀ ਜਾਵੇਂ, ਪੰਜ ਭਾਈਆਂ ਦੀ ਭੈਣ ਨੂੰ ਰੋਟੀ ਆਪ ਖਵਾਉਣਗੇ, ਆ ਪੰਜ ਭਾਈਆਂ ਦੀ ਭੈਣ ਨੂੰ ਰੋਟੀ ਆਪ। ਇੱਕ ਤੇ ਭਰਾਵਾਂ ਦਾ ਇੰਨਾ ਮਾਣ ਕਰਦੀਆਂ ਨੇ ਐਂਡ ਤੱਕ ਹਟਦੀਆਂ ਹੀ ਨਹੀਂ। ਆ ਜਿਹੜੇ ਪੰਜੇ ਸਾਜ ਵਜਾਉਂਦੇ ਨੇ ਪੱਗ ਵਾਲੇ ਤੋਂ ਬਿਨਾਂ, ਪੰਜੇ ਦੇ ਭਰਾ ਨੇ, ਕੋਈ ਸ਼ੱਕ ਨਹੀਂ। ਜਿਹੜਾ ਪਿੱਛੇ ਕੁਰਸੀ 'ਤੇ ਬੈਠਾ ਰਾਜਾ, ਬਸ ਉਹਦੇ ਬਾਰੇ ਮੈਂ ਕੀ ਦੱਸਣਾ, ਆਪੇ ਹੀ ਦੱਸੂਗੀ, ਸੱਚੀ ਗੱਲ ਹੈ। ਇਹ ਪੰਜੇ ਦੇ ਭਰਾ ਨੇ, ਇਹ ਤਾਂ ਕਮਲੀ ਇਹ ਤੇਰੇ ਨਾਲ ਤੁਰੇ ਫਿਰਦੇ ਨੇ, ਵੀ ਪੁੱਛਦੇ ਨੇ ਭੈਣੇ ਕੋਈ ਪ੍ਰੋਗਰਾਮ ਨਹੀਂ ਆਇਆ ਕੋਈ ਪ੍ਰੋ, ਇਹ ਤਾਂ ਤੇਰੇ ਸਿਰ 'ਤੇ, ਤੈਨੂੰ ਕਿੱਥੋਂ ਖਵਾ ਦੇਣਗੇ, ਚੌਂਗਿਆਂ ਵਾਲੀਆਂ ਗੱਲਾਂ ਮਾਰਦੀ ਹੈ। ਇਹਨਾਂ ਨੇ ਤਾਂ ਰੋਟੀਆਂ ਵਾਧੂ ਕਹਿਣਾ ਸੀ, ਜਿਹਨਾਂ ਦੇ ਘਰ ਸ਼ਾਮ ਨੂੰ 15-18 ਹਜ਼ਾਰ ਡਿੱਗਦਾ, ਉਹ ਤੈਨੂੰ ਕਦੋਂ ਕਰਾਉਣ ਦਿੰਦੇ ਆ ਕਮਲੀ, ਉਹ ਨਹੀਂ ਕਰਾਉਣ ਦਿੰਦੇ। ਇਸ ਕਰਕੇ ਸੋਚਣਾ ਤੇਰਾ ਹੀ ਬਣਦਾ ਸੀ। ਇਹ ਮੈਂ ਪਹਿਲਾਂ ਵੀ ਕਿਹਾ ਸੀ ਨਾ ਭੈਣਾਂ ਦਾ, ਵੀ ਭਾਈ ਭੈਣਾਂ ਦਾ ਦਿਮਾਗ ਥੋੜ੍ਹਾ ਜਿਹਾ ਤੇਜ਼ ਹੁੰਦਾ, ਤੇਜ਼ ਹੁੰਦਾ। ਇਹ ਕੀ ਕਰਨਗੀਆਂ, ਭਾਂਡੇ ਮਾਂਜਣ ਲੱਗ ਜਾਣਗੀਆਂ, ਇੱਕ ਕੌਲੀ ਫੜ ਕੇ ਨਾ ਭੁਰੇ ਜੇ ਕੰਢਿਆਂ ਵਾਲੀ, ਘੁਮਾਈ ਜਾਣਗੀਆਂ, ਘੁਮਾਈ ਜਾਣਗੀਆਂ। ਨਹੀਂ ਜੀ ਤੋਂ ਆਹ ਪਤਾ ਨਹੀਂ ਕਿਹਦੀ ਕੌਲੀ, ਆਪਣੇ ਭਾਂਡਿਆਂ 'ਚ ਆ ਕੇ ਰਲਦੀ ਹੋਈ ਨਹੀਂ। ਇੰਨੀ ਪਛਾਣ ਇਹਨਾਂ ਨੂੰ, ਇੰਨੀ ਪਛਾਣ ਵੀ ਬੰਦਾ ਪੁੱਛੇ ਜਿਹਦੀ ਆਈ ਆਪੇ ਲੈ ਜੂ, ਚੱਕ ਕੇ ਟੋਕਰੇ 'ਚ ਰੱਖ ਆਪੇ ਲੈ ਜੂ ਜਿਹਦੀ ਹੋ, ਐਵੇਂ ਕੌਲੀ ਪਿੱਛੇ ਹੀ ਸਾਰਾ ਦਿਨ ਲਾ ਦੇਣਾ ਇਹਨਾਂ ਨੇ। ਇਸ ਕਰਕੇ ਇਹਨਾਂ ਦਾ ਗੁੱਸਾ ਨਾ ਕਰਿਆ ਕਰੋ। ਦੜਵੱਟ ਜਮਾਨਾ ਘੱਟ ਭਲੇ ਦਿਨ ਛੇਤੀ ਆਉਣਗੇ, ਦੜਵੱਟ ਜਮਾਨਾ ਘੱਟ ਭਲੇ ਦਿਨ ਛੇਤੀ ਆਉਣਗੇ, ਦੜਵੱਟ ਜਮਾਨਾ ਘੱਟ ਅੱਛੇ ਦਿਨ ਆਉਣੇ ਵਾਲੇ ਹੈ। ਦੜਵੱਟ ਜਮਾਨਾ ਘੱਟ ਭਲੇ ਦਿਨ ਛੇਤੀ ਆਉਣਗੇ, ਦੜਵੱਟ ਜਮਾਨਾ ਘੱਟ ਅੱਛੇ ਦਿਨ ਆਉਣੇ ਵਾਲੇ ਹੈ। ਸੋਹਣੀ ਕੁੜੀ ਵੀ ਆਉਣੀ ਨਾ ਲਿਆਉਣੀ, ਚੰਗੀ ਲੱਗ ਜਾਏ ਹਾੜੀ ਸੋਹਣੀ, ਕੁੜੀ ਨੂੰ ਸਭ ਕੁਝ ਦੇਣਾ ਪੈਣਾ।
ਦਾਜ ਨਹੀਂ ਦੇਣਾ, ਦਾਜ ਨਹੀਂ ਲੈਣਾ, ਕੁੜੀ ਨੂੰ ਸਭ ਕੁਝ ਦੇਣਾ ਪੈਣਾ, ਦਾਜ ਨਹੀਂ ਦੇਣਾ, ਦਾਜ ਨਹੀਂ ਲੈਣਾ, ਮੰਗਦੇ ਮੂੰਹ ਫਾੜ ਕੇ ਚੋਰੇ ਤੈਨੂੰ ਫੇਰ ਪੈਣਗੇ ਦੋਰੇ, ਮੂੰਹ ਫਾੜ ਕੇ ਚੋਰੇ ਤੈਨੂੰ ਫੇਰ ਪੈਣਗੇ ਦੋਰੇ, ਕਹਿੰਦਾ ਖੰਜੇ ਵਾਲਾ ਜਮਿਆ ਅਲਖ ਜਗਾਉਣਗੇ, ਤੜਵੱਟ ਜਮਾਨਾ ਕੱਟ ਭਲੇ ਦਿਨ ਛੇਤੀ ਆਉਣਗੇ, ਤੜਵੱਟ ਜਮਾਨਾ ਕੱਟ ਭਲੇ ਦਿਨ ਛੇਤੀ ਆਉਣਗੇ, ਤੜਵੱਟ ਜਮਾਨਾ ਕੱਟ ਭਲੇ ਦਿਨ ਛੇਤੀ ਆਉਣਗੇ, ਤੜਵੱਟ ਜਮਾਨਾ ਕੱਟ ਅੱਛੇ ਦਿਨ ਆਨੇ ਵਾਲੇ ਹੈ। ਸੈੱਲ ਹੁਣ ਲੈ ਜਾ ਹੁਸ਼ਿਆਰਪੁਰ, ਅਖੀਰਲਾ ਗੀਤ ਰਹਿ ਕੇ ਹੁਣ ਸੈੱਲ ਪਾਉਣ ਆ ਗਿਆ।